ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਤੁਹਾਨੂੰ ਮੱਸੇ ਰੰਗੜ ਦੀ ਕਹਾਣੀ ਸੁਣਾਉਂਦੇ ਹਾਂ। ਮੱਸੇ ਰੰਗੜ ਨੇ ਕੀ ਕੀਤਾ ਤੇ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਰੰਗੜ ਦਾ ਸਿਰ ਕਿਉਂ ਵੱਢਿਆ। ਸਰਦਾਰ ਸੁੱਖਾ ਸਿੰਘ ਪਾੜੀ ਪਿੰਡ ਮਾੜੀ ਕੰਬੋਕੀ ਤੇ ਸਰਦਾਰ ਮਹਿਤਾਬ ਸਿੰਘ ਭੰਗੂ ਮੀਰਾਂਕੋਟ, ਜਿਨ੍ਹਾਂ ਨੇ ਜ਼ਾਲਮ ਮੱਸਾ ਰੰਗੜ ਦਾ ਸਿਰ ਵੱਢ ਕੇ ਜਥੇਦਾਰ ਸਰਦਾਰ ਬੁੱਢਾ ਸਿੰਘ ਅੱਗੇ ਬੀਕਾਨੇਰ ਜਾ ਰੱਖਿਆ। ਇਹ ਦੋਨੋਂ ਸਿੰਘ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਉਹਨਾਂ ਦੋਨਾਂ ਸੂਰਮਿਆਂ ਨੇ ਮੱਸੇ ਰੰਗੜ ਦਾ ਸਿਰ ਕਿਉਂ ਵੱਢਿਆ? ਗੱਲ ਅਸਲ ਵਿੱਚ ਇਸ ਤਰ੍ਹਾਂ ਹੋਈ, ਤੁਹਾਨੂੰ ਕਹਾਣੀ ਮੁੱਢ ਤੋਂ ਸੁਣਾਉਂਦੇ ਹਾਂ। 1739 ਵਿੱਚ ਨਾਦਰ ਨੇ ਹਿੰਦ ਤੇ ਹਮਲਾ ਕੀਤਾ। ਜਦੋਂ ਨਾਦਰ ਦਿੱਲੀ ਲੁੱਟ ਕੇ ਵਾਪਸ ਮੁੜਿਆ ਤਾਂ ਨਾਦਰ ਦੀਆਂ ਫੌਜਾਂ ਤੁਰ ਕੇ ਜਾ ਰਹੀਆਂ ਸਨ ਤੇ ਘੋੜਿਆਂ ਤੇ ਮਾਲ ਤੇ ਮਾਇਆ ਲੱਦੀ ਹੋਈ ਸੀ। ਇੰਨੀ ਮਾਇਆ ਨਾਦਰ ਸ਼ਾਹ ਦੇ ਹੱਥ ਲੱਗੀ ਜਿਸ ਦੀ ਗਿਣਤੀ ਮਿਣਤੀ ਕਰਨੀ ਮੁਸ਼ਕਲ ਹੈ। ਜਦੋਂ ਨਾਦਰ ਵਾਪਸ ਗਜਨੀ ਵੱਲ ਤੁਰਿਆ ਪੰਜਾਬ ਵਿੱਚ ਆਇਆ ਤਾਂ ਸਰਹੰਦ ਤੋਂ ਸਿੰਘਾਂ ਨੇ ਉਸ ਦੀ ਫੌਜ ਲੁੱਟਣੀ ਸ਼ੁਰੂ ਕਰ ਦਿੱਤੀ ਤੇ ਲਾਹੌਰ ਤੱਕ ਜਾਂਦੇ ਤੱਕ ਜਿੰਨੀ ਮਾਇਆ ਉਹ ਲੁੱਟ ਕੇ ਲਿਆਇਆ ਸੀ ਉਸ ਵਿੱਚੋਂ ਬਹੁਤ ਸਾਰਾ ਹਿੱਸਾ ਸਿੰਘਾਂ ਨੇ ਲੁੱਟ ਲਿਆ। ਨਾਦਰ ਸ਼ਾਹ ਜ਼ਕਰੀਆ ਖਾਨ ਤੋਂ ਪੁੱਛਦਾ ਹੈ ਕਿ ਇਹ ਸਿੰਘ ਕੌਣ ਹਨ? ਮੈਂ ਨਾਦਰ ਸ਼ਾਹ, ਜਿਸ ਤੋਂ ਦੁਨੀਆ ਡਰਦੀ ਹੈ, ਥਰ ਥਰ ਕੰਬਦੀ ਹੈ। ਇਹ ਮੇਰੀ ਫੌਜ ਨੂੰ ਲੁੱਟ ਰਹੇ ਹਨ। ਇਹਨਾਂ ਦੇ ਘਰ ਘਾਟ ਕਿੱਥੇ ਹਨ? ਇਹਨਾਂ ਦੀ ਬਾਦਸ਼ਾਹੀ ਕਿੱਥੇ ਹੈ? ਮੈਂ ਸਾੜ ਕੇ ਸਵਾਹ ਕਰ ਦਿਆਂਗਾ। ਤਾਂ ਜ਼ਕਰੀਆ ਖਾਨ ਨੇ ਕਿਹਾ, ਬਾਦਸ਼ਾਹ, ਇਹ ਇੱਕ ਫਕੀਰਾਂ ਦਾ ਟੋਲਾ ਹੈ। ਇਹਨਾਂ ਦੀ ਕੋਈ ਬਾਦਸ਼ਾਹੀ ਨਹੀਂ। ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉੱਤੇ ਹਨ। ਇਹ ਕਿਸੇ ਤੋਂ ਡਰਦੇ ਨਹੀਂ। ਅਸੀਂ ਮਾਰ ਮਾਰ ਥੱਕ ਚੁੱਕੇ ਹਾਂ, ਪਰ ਇਹ ਮੁੱਕਦੇ ਨਹੀਂ। ਖੜੇ ਸੋਵੈਂ ਔ ਚਲਤੇ ਖਾਏ, ਨਹਿ ਬੈਠੇ ਵਹਿ ਕਿਤੇ ਗਰਾਏ, ਨੂਨ ਘਿਰਤ ਕੋ ਸਵਾਦ ਨਾ ਜਾਣੈ, ਹਮ ਦੁੱਖ ਦੇਵੈ ਵਹਿ ਸੁਖ ਮਾਨੈ, ਹਾੜ ਨਾ ਦਿਨ ਭਰ ਪੀਵੈ ਪਾਣੀ, ਸਿਆਲੈ ਰੱਖੇ ਨਾ ਅਗਨ ਨਿਸ਼ਾਨੀ, ਨਹਿ ਖਾਵੈ ਵਹਿ ਪੀਸਿਓ ਨਾਜ, ਲੜੈ ਬਹੁਤ ਵਹਿ ਕਰਕੇ ਭਾਜ, ਏਕ ਹੋਏ ਤਾਂ ਸੌ ਸੌ ਲੜੈ, ਮਰਨੇ ਤੇ ਵਹਿ ਮੂਲ ਨਾ ਡਰੈ, ਰਹਿ ਚੌ ਉਨ ਮਰਨ ਕੋ ਦੀਨ ਮਜ਼ਬ ਕੇ ਭਾਏ, ਹਮ ਮਾਰਤ ਉਨ ਥੱਕ ਗਏ, ਓਏ ਘਟਤਨਾ ਕਿਤ ਹੂੰ ਦਾਏ। ਧਰਮ ਲਈ ਮਰਨ ਦਾ ਇਹਨਾਂ ਨੂੰ ਚਾਅ ਹੈ, ਸਵਾਦੀ ਚੀਜ਼ਾਂ ਦਾ ਕੋਈ ਸ਼ੌਕ ਨਹੀਂ। ਢਿੱਡ ਜੰਗਲ ਦੇ ਪੱਤੇ ਖਾ ਕੇ ਵੀ ਭਰ ਲੈਂਦੇ ਹਨ। ਅਸੀਂ ਦੁੱਖ ਦਿੰਦੇ ਹਾਂ, ਉਹ ਉਸ ਨੂੰ ਸੁੱਖ ਮੰਨਦੇ ਹਨ। ਤਸੀਹੇ ਦੇ ਕੇ ਮਾਰ ਕੇ ਅਸੀਂ ਹੰਬ ਗਏ ਹਾਂ, ਪਰ ਇਹ ਘਟਦੇ ਨਹੀਂ, ਵੱਧਦੇ ਹੀ ਜਾਂਦੇ ਹਨ। ਇਹਨਾਂ ਦਾ ਪੀਰ ਕੋਈ ਵਲੀ ਹੋਇਆ ਹੈ ਜੋ ਇਹਨਾਂ ਨੂੰ ਆਬੈ ਹਿਆਤ ਪਿਲਾ ਗਿਆ ਹੈ, ਅਤੇ ਇਹਨਾਂ ਦੇ ਸਰੋਵਰ ਵਿੱਚ ਵੀ ਆਬੈ ਹਿਆਤ ਪਾ ਗਿਆ ਹੈ, ਜਿਸ ਨੂੰ ਪੀ ਕੇ ਇਹ ਅਮਰ ਹੋ ਜਾਂਦੇ ਹਨ, ਵੱਧਦੇ ਹੀ ਜਾਂਦੇ ਹਨ। ਤਾਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਕਿਹਾ ਕਿ ਜੇਕਰ ਇਹਨਾਂ ਵਿੱਚ ਇੰਨੇ ਗੁਣ ਹਨ ਤਾਂ ਇਹ ਕੌਮ ਇੱਕ ਦਿਨ ਰਾਜ ਕਰੇਗੀ, ਇੱਕ ਤੋਂ ਕਿ ਕੋਈ ਵੀ ਇਹਨਾਂ ਨੂੰ ਨਹੀਂ ਮੁਕਾ ਸਕਦਾ। ਇਹ ਗੱਲ ਸੁਣ ਕੇ ਜ਼ਕਰੀਆ ਖਾਨ ਨੇ ਸਿੱਖਾਂ ਨੂੰ ਖਤਮ ਕਰਨ ਲਈ ਸਹੁੰ ਖਾਧੀ। ਉਸਨੇ ਗਸ਼ਤੀ ਟੁਕੜੀਆਂ ਤਿਆਰ ਕੀਤੀਆਂ, ਨਿਸ਼ਾਨਚੀ ਤਿਆਰ ਕੀਤੇ, ਉਹਨਾਂ ਨੂੰ ਦੂਰ ਤੱਕ ਮਾਰ ਕਰਨ ਵਾਲੀਆਂ ਬੰਦੂਕਾਂ ਦਿੱਤੀਆਂ ਅਤੇ ਹੁਕਮ ਜਾਰੀ ਕੀਤਾ ਕਿ ਸਿੱਖਾਂ ਨੂੰ ਮੂਲੋਂ ਖਤਮ ਕੀਤਾ ਜਾਵੇ। ਫੌਜਾਂ ਸ਼ਿਕਾਰੀ ਕੁੱਤਿਆਂ ਵਾਂਗ ਸਿੱਖਾਂ ਨੂੰ ਭਾਲ ਭਾਲ ਕੇ ਮਾਰਨ ਲੱਗੀਆਂ। ਹੁਣ ਸਿੱਖ ਤਾਕਤਵਰ ਤਾਂ ਹੋ ਚੁੱਕੇ ਸਨ, ਪਰ ਇੰਨੇ ਤਾਕਤਵਰ ਨਹੀਂ ਸਨ ਜੋ ਸਰਕਾਰ ਨਾਲ ਸਿੱਧੀ ਟੱਕਰ ਲੈ ਸਕਦੇ। ਗਿਣਤੀ ਵਿੱਚ ਵੀ ਇੰਨੇ ਨਹੀਂ ਸਨ ਜੋ ਫੌਜ ਦਾ ਮੁਕਾਬਲਾ ਕਰ ਸਕਦੇ। ਜੇ ਮੂਰਖ ਹੁੰਦੇ ਤਾਂ ਇੱਕੋ ਵਾਰ ਲੜ ਕੇ ਖਤਮ ਹੋ ਜਾਂਦੇ, ਪਰ ਉਸ ਸਮੇਂ ਸਿੱਖ ਆਗੂਆਂ ਨੇ ਜੋ ਨੀਤੀ ਅਪਣਾਈ ਉਹ ਬਹੁਤ ਜ਼ਿਆਦਾ ਸਮਝਦਾਰੀ ਦੀ ਨੀਤੀ ਸੀ ਕਿ ਜਿੰਨੀ ਦੇਰ ਸਰਕਾਰ ਨਾਲ ਸਾਹਮਣੇ ਖੜ ਕੇ ਲੜ ਕੇ ਜਿੱਤਣ ਜੋਗੇ ਨਹੀਂ ਹੁੰਦੇ, ਉੱਨੀ ਦੇਰ ਲੁਕ ਛਿਪ ਕੇ ਸਮਾਂ ਟਪਾਓ। ਜਦੋਂ ਸਖਤਾਈ ਦਾ ਸਮਾਂ ਆਇਆ ਤਾਂ ਸਿੰਘ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿੱਚ ਜਾ ਲੁਕੇ। ਜ਼ਕਰੀਆ ਖਾਨ ਨੇ ਬਹੁਤ ਸਖਤੀ ਕੀਤੀ, ਜੋ ਸਿੰਘ ਮਿਲਿਆ ਸ਼ਹੀਦ ਕੀਤਾ ਗਿਆ। ਸਿੰਘਾਂ ਨੂੰ ਖਤਮ ਹੋਏ ਸਮਝ ਕੇ ਇਲਾਕੇ ਦੇ ਚੌਧਰੀ ਅਤੇ ਮੁਖਵਰ ਲੱਗੇ ਅੱਤ ਚੁੱਕਣ। ਮੱਸਾ ਮੰਡਿਆਣੇ ਦਾ ਚੌਧਰੀ ਸੀ, ਅੰਮ੍ਰਿਤਸਰ ਉਹਦੇ ਏਰੀਏ ਵਿੱਚ ਆਉਂਦਾ ਸੀ। ਜ਼ਕਰੀਆ ਖਾਨ ਨੇ ਫੌਜ ਦੇ ਕੇ ਉਸ ਨੂੰ ਕਿਹਾ ਕਿ ਤੂੰ ਅੰਮ੍ਰਿਤਸਰ ਦੀ ਰਾਖੀ ਕਰ, ਜੋ ਸਿੱਖ ਅੰਮ੍ਰਿਤਸਰ ਆਵੇ ਉਸ ਨੂੰ ਖਤਮ ਕਰ ਦੇਣਾ। ਮੱਸਾ ਅੰਮ੍ਰਿਤਸਰ ਪਹੁੰਚ ਕੇ ਸਰਕਾਰੀ ਸ਼ਹਿ 'ਤੇ ਉਸਨੇ ਗੁਰਦੁਆਰਾ ਸਾਹਿਬ ਦੇ ਅੰਦਰ ਚੌਂਕੀ ਬਣਾਈ ਅਤੇ ਅੰਮ੍ਰਿਤਸਰ ਦੇ ਹਿੰਦੂ ਅਤੇ ਸਹਿਜਧਾਰੀ ਸਿੱਖਾਂ ਦੇ ਘਰ ਲੁੱਟ ਲਏ। ਹਰਿਮੰਦਰ ਸਾਹਿਬ ਵਿੱਚ ਪਲੰਘ ਡਾ ਕੇ ਹੁੱਕਾ ਪੀਂਦਾ
ਸ਼ਰਾਬ ਪੀਂਦਾ ਤੇ ਕੰਜਰੀਆਂ ਨਚਾਉਂਦਾ। ਪਿੰਡ ਕੰਗ ਦਾ ਬਲਾਕਾ ਸਿੰਘ ਨਾਂ ਦਾ ਸਿੱਖ ਲੁੱਕ ਛਿਪ ਕੇ ਸਮਾਂ ਗੁਜ਼ਾਰਦਾ ਸੀ। ਉਸ ਨੂੰ ਕਿਸੇ ਨੇ ਮੱਸੇ ਦੀਆਂ ਕਰਤੂਤਾਂ ਬਾਰੇ ਦੱਸਿਆ ਤਾਂ ਉਸਦੇ ਅੱਗ ਲੱਗ ਗਈ। ਦਿਲ ਭਾਂਬੜ ਬਣ ਕੇ ਮੱਚ ਉੱਠਿਆ। ਕੱਲਾ ਕਰ ਕੀ ਸਕਦਾ ਸੀ। ਫਿਰ ਉਸਦੇ ਦਿਮਾਗ ਵਿੱਚ ਆਈ ਕਿ ਸਿੱਖ ਜਥੇ ਕੋਲ ਪਹੁੰਚ ਕੀਤੀ ਜਾਵੇ। ਗਰਮੀ ਵਿੱਚ ਤੁਰਦਾ ਤਰਾਉਂਦਾ ਬੁਰੇ ਹਾਲੀ ਰਸਤੇ ਦੀਆਂ ਔਕੜਾਂ ਝੱਲਦਾ ਉਹ ਬੀਕਾਨੇਰ ਸਰਦਾਰ ਬੁੱਢਾ ਸਿੰਘ ਤੇ ਸਰਦਾਰ ਸ਼ਾਮ ਸਿੰਘ ਨਾਰਲੀ ਦੇ ਜਥੇ ਕੋਲ ਜਾ ਪਹੁੰਚਾ। ਸਾਰੀ ਕਹਾਣੀ ਦੱਸੀ ਤਾਂ ਸਿੰਘਾਂ ਦੇ ਅੰਦਰ ਅੱਗ ਲੱਗ ਉੱਠੀ। ਸਰਦਾਰ ਮਹਤਾਬ ਸਿੰਘ ਭੰਗੂ ਪਿੰਡ ਮੀਰਾਂਕੋਟ ਦਾ ਅਤੇ ਸਰਦਾਰ ਸੁੱਖਾ ਸਿੰਘ ਤਖਾਣ ਮਾੜੀ ਕੰਬੋਕੀ ਦਾ ਦੋਵੇਂ ਤਲਵਾਰਾਂ ਧੂ ਕੇ ਸੰਗਤ ਵਿੱਚ ਖਲੋ ਗਏ ਅਤੇ ਜਥੇਦਾਰ ਬੁੱਢਾ ਸਿੰਘ ਕੋਲੋਂ ਮੱਸੇ ਨੂੰ ਕਤਲ ਕਰਨ ਦੀ ਆਗਿਆ ਮੰਗੀ। ਸੰਗਤ ਨੇ ਸਫਲਤਾ ਵਾਸਤੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ। ਦੋਵੇਂ ਸਿੰਘ ਘੋੜਿਆਂ 'ਤੇ ਅਸਵਾਰ ਹੋ ਕੇ ਭੇਸ ਬਦਲ ਕੇ ਅੰਮ੍ਰਿਤਸਰ ਨੂੰ ਰਵਾਨਾ ਹੋ ਤੁਰੇ। ਅੰਮ੍ਰਿਤਸਰ ਦੇ ਨੇੜੇ ਪਹੁੰਚੇ ਤਾਂ ਦੋਹਾਂ ਸਿੰਘਾਂ ਨੇ ਮੱਸੇ ਤੱਕ ਅਪੜਨ ਦੀ ਬਿਉਂਤ ਬਣਾਈ। ਉਹਨਾਂ ਥੇਹ ਤੋਂ ਠੀਕਰੀਆਂ ਚੁਣ ਕੇ ਥੈਲੀਆਂ ਭਰ ਲਈਆਂ ਅਤੇ ਕੇਸ ਪਿਛਾਂ ਸੁੱਟ ਲਏ। ਵੇਖਣ ਨੂੰ ਇਉਂ ਭਾਸੇ ਜਿਵੇਂ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਆਏ ਹੁੰਦੇ ਹਨ। ਭਾਦਰੋਂ ਦੀ ਸਿਖਰ ਦੁਪਹਿਰ ਵੇਲੇ ਦੋਵੇਂ ਦਰਸ਼ਨੀ ਡਿਊਟੀ ਅੱਗੇ ਜਾ ਪਹੁੰਚੇ। ਡਿਊਟੀ ਦੇ ਬਿਊਹਿਓਂ ਬਾਹਰ ਖੱਬੇ ਹੱਥ ਖੜੀ ਲਾਚੀ ਬੇਰੀ ਨਾਲ ਘੋੜੇ ਬੰਨ੍ਹ ਦਿੱਤੇ। ਪਹਿਰੇਦਾਰਾਂ ਨੇ ਸੋਚਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਆਏ ਹਨ, ਸੋ ਕਿਸੇ ਨੇ ਸਿੰਘਾਂ ਨੂੰ ਨਾ ਰੋਕਿਆ। ਦੁਪਹਿਰ ਦਾ ਸਮਾਂ ਹੋਣ ਕਰਕੇ ਬਹੁਤੀ ਫੌਜ ਥਾਂ ਥਾਂ ਆਰਾਮ ਕਰ ਰਹੀ ਸੀ ਅਤੇ ਕੋਈ ਕੋਈ ਪਹਿਰੇਦਾਰ ਹੀ ਜਾਗਦਾ ਸੀ। ਸਿੰਘ ਹਰਿਮੰਦਰ ਸਾਹਿਬ ਪਹੁੰਚੇ ਤਾਂ ਅੱਗੇ ਮੱਸਾ ਪਲੰਘ 'ਤੇ ਬੈਠਾ ਹੁੱਕਾ ਪੀ ਰਿਹਾ ਸੀ ਅਤੇ ਸਾਹਮਣੇ ਬੇਸ਼ਵਾ ਨਾਚ ਕਰ ਰਹੀ ਸੀ। ਮੱਸੇ ਦੇ ਕੁਛ ਗੂੜੇ ਮਿੱਤਰ ਉਸਦੇ ਦੁਆਲੇ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਹੇ ਸਨ। ਵੇਖ ਕੇ ਸਿੰਘਾਂ ਦੇ ਅੰਦਰ ਭਾਂਬੜ ਵਲ ਉੱਠੇ। ਸੁੱਖਾ ਸਿੰਘ ਨੇ ਥੈਲੀ ਮੱਸੇ ਦੇ ਪਲੰਘ ਥੱਲੇ ਜਾ ਸੁੱਟੀ। ਮੱਸਾ ਥੈਲੀ ਚੱਕਣ ਲਈ ਥੱਲੇ ਨੀਵਾਂ ਹੋਇਆ ਜਦੇ ਸਰਦਾਰ ਮਹਤਾਬ ਸਿੰਘ ਨੇ ਤਲਵਾਰ ਨਾਲ ਉਸਦਾ ਸਿਰ ਲਾਹ ਲਿਆ। ਇਹਨਾਂ ਨੂੰ ਸੁੱਖਾ ਸਿੰਘ ਨੇ ਵੀ ਤਲਵਾਰ ਧੂ ਲਈ। ਦੋਹਾਂ ਨੇ ਲੱਗਦੇ ਹੱਥ 5-10 ਹੋਰ ਝਟਕਾ ਦਿੱਤੇ। ਸੁੱਖਾ ਸਿੰਘ ਨੇ ਮੱਸੇ ਦੇ ਗਹਿਣੇ ਲਾਹ ਲਏ। ਦੋਵੇਂ ਸਿੰਘ ਬਾਹਰ ਨਿਕਲੇ ਅਤੇ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਘੋੜਿਆਂ ਉੱਤੇ ਚੜ੍ਹ ਕੇ ਬੀਕਾਨੇਰ ਨੂੰ ਚਾਲੇ ਪਾ ਗਏ। ਸਿੰਘਾਂ ਨੇ ਮੱਸੇ ਦਾ ਸਿਰ ਜਥੇਦਾਰ ਬੁੱਢਾ ਸਿੰਘ ਅੱਗੇ ਜਾ ਧਰਿਆ। ਸਿੰਘਾਂ ਦੀ ਖੁਸ਼ੀ ਦੀ ਹੱਦ ਨਾ ਰਹੀ। ਅੰਤ ਗੁਰਮਤਾ ਕਰਕੇ ਮੱਸੇ ਦਾ ਸਿਰ ਸਾੜ ਦਿੱਤਾ ਗਿਆ। ਜਿਉਂਦੀਆਂ ਕਾਮਾਂ ਕਦੋਂ ਸਹਿ ਸਕਦੀਆਂ ਹਨ ਕਿ ਉਹਨਾਂ ਦੇ ਧਰਮ ਅਸਥਾਨਾਂ ਦੀ ਕੋਈ ਬੇਅਦਬੀ ਕਰੇ। ਇਸ ਘਟਨਾ ਨੇ ਸਾਰੇ ਪੰਜਾਬ ਦੇ ਚੁਗਲਾਂ ਅਤੇ ਜ਼ਾਲਮਾਂ ਦੇ ਦਿਲ ਹਿਲਾ ਕੇ ਰੱਖ ਦਿੱਤੇ। ਉਹ ਸਮਝਣ ਲੱਗ ਪਏ ਕਿ ਮੱਸੇ ਵਾਂਗ ਇੱਕ ਦਿਨ ਸਾਨੂੰ ਵੀ ਕੀਤੇ ਪਾਪਾਂ ਦਾ ਫਲ ਭੁਗਤਣਾ ਪਵੇਗਾ। ਇੱਥੋਂ ਤੱਕ ਕਿ ਸੂਬੇਦਾਰ ਜ਼ਕਰੀਆ ਖਾਨ ਦਾ ਵੀ ਦਿਲ ਕੰਬ ਗਿਆ। ਮੱਸੇ ਦੀ ਸਿਰੋਂ ਸੱਖਣੀ ਲੋਥ ਚੁੱਕ ਕੇ ਉਸ ਦਾ ਪਰਿਵਾਰ ਜ਼ਕਰੀਆ ਖਾਨ ਸਾਹਮਣੇ ਜਾ ਪਿੱਟਿਆ। ਜ਼ਕਰੀਆ ਖਾਨ ਨੂੰ ਸਭ ਤੋਂ ਵਧੇਰੇ ਗੁੱਸਾ ਇਲਾਕੇ ਦੇ ਚੌਧਰੀਆਂ ਉੱਤੇ ਆ ਰਿਹਾ ਸੀ, ਜਿਹੜੇ ਕਹਿੰਦੇ ਸਨ ਕਿ ਅਸਾਂ ਇਲਾਕੇ ਵਿੱਚੋਂ ਸਿੰਘ ਮੁਕਾ ਛੱਡੇ ਹਨ। ਉਹਨਾਂ ਇਲਾਕੇ ਦੇ ਚੌਧਰੀਆਂ ਨੂੰ ਬੁਲਾ ਕੇ ਚੰਗੀ ਤਰ੍ਹਾਂ ਮਾਰ ਕੁਟਾਈ ਕੀਤੀ ਅਤੇ ਕਿਹਾ ਕਿ ਤੁਸੀਂ ਕਹਿੰਦੇ ਸੀ ਸਿੰਘ ਖਤਮ ਹੋ ਗਏ, ਰਹਿਣ ਕੋਈ ਨਹੀਂ ਦਿੱਤਾ, ਤਾਂ ਦੱਸੋ ਇਹ ਕਿੱਥੋਂ ਆ ਗਏ? ਜਾਂ ਤਾਂ ਮੱਸੇ ਦੇ ਕਾਤਲ ਫੜਾ ਦਿਓ, ਨਹੀਂ ਤਾਂ ਉਸ ਦਾ ਬਦਲਾ ਤੁਹਾਤੋਂ ਲਿਆ ਜਾਵੇ। ਹਰਭਗਤ ਨਰੰਜਣੀਏ ਨੇ ਦੱਸਿਆ ਕਿ ਮੱਸੇ ਦਾ ਕਾਤਲ ਮਹਤਾਬ ਸਿੰਘ ਭੰਗੂ ਮੀਰਾਂਕੋਟੀਆ ਅਤੇ ਸੁੱਖਾ ਸਿੰਘ ਤਖਾਣ ਮਾੜੀ ਕੰਬੋਕੀ ਵਾਲਾ ਹਨ। ਜ਼ਕਰੀਆ ਖਾਨ ਨੇ ਫੌਜਦਾਰ ਨੂਰਦੀਨ ਨੂੰ ਘੱਲਿਆ ਕਿ ਮਹਤਾਬ ਸਿੰਘ ਦਾ ਬਾਲ ਬੱਚਾ ਬੰਨ੍ਹ ਕੇ ਪੇਸ਼ ਕਰੇ। ਨੂਰਦੀਨ ਨੇ ਆਪਣੀ ਫੌਜ ਅਤੇ ਚੌਧਰੀਆਂ ਦੀ ਧਾੜ ਲੈ ਕੇ ਮੀਰਾਂਕੋਟ ਨੂੰ ਜਾ ਘੇਰਿਆ। ਨਾਲ ਹੀ ਮੱਸੇ ਦੇ ਭਰਾ ਭਤੀਜੇ ਵੀ ਮਾਰੋ ਮਾਰ ਕਰਦੇ ਗਏ। ਮੀਰਾਂਕੋਟ ਦੇ ਨੰਬਰਦਾਰ ਨੱਥੇ ਖਹਿਰੇ ਨੂੰ ਬੁਲਾ ਕੇ ਕਿਹਾ ਕਿ ਮਹਤਾਬ ਸਿੰਘ ਦਾ ਪੁੱਤਰ ਪੇਸ਼ ਕਰੋ। ਸਰਦਾਰ ਮਹਤਾਬ ਸਿੰਘ ਬੀਕਾਨੇਰ ਨੂੰ ਜਾਂਦਾ ਹੋਇਆ ਆਪਣੇ 7 ਸਾਲ ਦਾ ਪੁੱਤਰ ਰਾਏ ਸਿੰਘ ਉਸ ਦੀ ਬਾਂਹ ਨੱਥੇ ਚੌਧਰੀ ਦੇ ਹੱਥ ਫੜਾ ਗਿਆ ਸੀ। ਨੱਥੇ ਨੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ ਕਿ ਜੇ ਇਹ ਭਰੋਸਾ ਦਿਵਾਇਆ ਜਾਵੇ ਕਿ ਉਸ ਨਿਰਦੋਸ਼ ਬੱਚੇ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ ਤਾਂ ਮੈਂ ਪੇਸ਼ ਕਰਨ ਨੂੰ ਤਿਆਰ ਹਾਂ। ਨੂਰਦੀਨ ਨੇ ਕੜਕ ਕੇ ਕਿਹਾ, ਕਿਸੇ ਸਿੱਖ ਬੱਚੇ 'ਤੇ ਰਹਿਮ, ਖਬਰਦਾਰ ਜੇ ਮੁੜ ਕੇ ਇਹ ਗੱਲ ਕਹੀ ਤਾਂ ਛੇਤੀ ਲਿਆ ਉਸ ਨੂੰ, ਨਹੀਂ ਤਾਂ ਤੇਰੀ ਵੀ ਖੈਰ ਨਹੀਂ। ਨੱਥਾ ਨੀਵੀਂ ਪਾਈ ਘਰ ਪੁੱਜਾ ਅਤੇ ਆਪਣੇ ਪੁੱਤਰ ਨੂੰ ਸਾਰੀ ਗੱਲ ਕਹਿ ਸੁਣਾਈ। ਨਾਲ ਹੀ ਕਿਹਾ, ਬੱਚੂ ਬਾਂਹ ਫੜੀ ਦੀ ਲਾਜ ਨਿਭਾਉਣ ਵਾਸਤੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਪਾ ਗਏ ਸਨ, ਸੱਚ
ਹੁਣ ਸਾਨੂੰ ਬਾਂਹ ਫੜੀ ਦੀ ਲਾਜ ਪਾਲਣੀ ਚਾਹੀਦੀ ਹੈ ਜਾਂ ਨਹੀਂ। ਉਸ ਦੇ ਪੁੱਤਰ ਨੇ ਦ੍ਰਿੜ ਭਰੋਸੇ ਨਾਲ ਕਿਹਾ, ਪਿਤਾ ਜੀ, ਅਸੀਂ ਰਾਏ ਸਿੰਘ ਦੀ ਜਾਨ ਬਚਾਉਣ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਦਿਆਂਗੇ। ਨੱਥਾ ਉਸਦਾ ਪੁੱਤਰ, ਉਸਦਾ ਭਾਣਜਾ, ਇੱਕ ਮਜ਼੍ਹਬੀ ਸਿੱਖ ਤੇ ਇੱਕ ਬਰਵਾਲਾ, ਇਹ ਪੰਜ ਰਾਏ ਸਿੰਘ ਨੂੰ ਚੁੱਕ ਕੇ ਕੰਬੋਆਂ ਦੇ ਰਾਹੇ ਪੈ ਗਏ, ਭੱਜ ਨੱਠੇ। ਉੱਧਰ ਹਰਭਗਤ ਨਰੰਜਣੀ ਨੇ ਇਹ ਸਾਰੀ ਗੱਲ ਨੂਰਦੀਨ ਨੂੰ ਯਾਦ ਦੱਸੀ। ਉਹ ਫੌਜ ਲੈ ਕੇ ਮਗਰ ਭੱਜਿਆ ਤੇ ਨੱਥੇ ਨੂੰ ਕੰਬੋਆਂ ਦੇ ਰਾਹ ਵਿੱਚ ਪਿੰਡੋਂ ਬਾਹਰ ਹੀ ਜਾ ਕੇ ਰਿਹਾ। ਨੱਥੇ ਨੇ ਫੌਜ ਆਉਂਦੀ ਵੇਖ ਕੇ ਆਪਣੇ ਪੁੱਤਰ ਨੂੰ ਆਖਿਆ ਕਿ ਤੂੰ ਰਾਏ ਸਿੰਘ ਨੂੰ ਲੈ ਕੇ ਨੱਸ ਜਾ, ਪਰ ਉਹ ਪਿਤਾ ਨੂੰ ਛੱਡ ਕੇ ਜਾਣਾ ਨਾ ਮੰਨਿਆ। ਇੰਨੇ ਨੂੰ ਨੂਰਦੀਨ ਦੀ ਫੌਜ ਆ ਪਹੁੰਚੀ। ਨੱਥਾ ਪ੍ਰਸਿੱਧ ਤੀਰ ਅੰਦਾਜ਼ ਸੀ। ਜਿੰਨਾ ਚਿਰ ਉਸਦੇ ਭੱਥੇ ਵਿੱਚ ਤੀਰ ਰਹੇ, ਉਸਨੇ ਕਿਸੇ ਨੂੰ ਨੇੜੇ ਨਾ ਢੁੱਕਣ ਦਿੱਤਾ। ਅੰਤ ਆਲੇ ਦੁਆਲਿਓਂ ਸਾਰੀ ਫੌਜ ਨੇ ਹੱਲਾ ਬੋਲਿਆ ਅਤੇ ਨੱਥਾ ਸੂਰਮਾ ਕਈਆਂ ਨੂੰ ਮਾਰ ਕੇ ਸ਼ਹੀਦ ਹੋ ਗਿਆ। ਉਸਦਾ ਭਾਣਜਾ ਤਾਂ ਕਿਵੇਂ ਨਾ ਕਿਵੇਂ ਜੰਗਲ ਵਿੱਚ ਲੁੱਕ ਕੇ ਜਾਨ ਬਚਾ ਗਿਆ ਅਤੇ ਬਾਕੀ ਤਿੰਨੇ, ਨੱਥੇ ਦਾ ਪੁੱਤਰ, ਬਰਵਾਲਾ ਅਤੇ ਮਜ਼੍ਹਬੀ ਸਿੱਖ ਮਰਦਾਂ ਵਾਂਗ ਲੜ ਕੇ ਸ਼ਹੀਦ ਹੋ ਗਏ। ਪਿੱਛੋਂ ਵਾਰੀ ਆਈ ਮਹਿਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ। ਉਹ ਡਿੱਗੇ ਪਏ ਨੱਥੇ ਦੀਆਂ ਲੱਤਾਂ ਨੂੰ ਚਿੰਬੜਿਆ ਪਿਆ ਸੀ। ਜ਼ਾਲਮਾਂ ਨੇ ਉਸ ਨਿਰਦੋਸ਼ ਬੱਚੇ ਉੱਤੇ 3 ਵਾਰ ਤਲਵਾਰ ਦੇ ਕੀਤੇ। ਲੜਕਾ ਮੂਧੇ ਮੂੰਹ ਪਿਆ ਸੀ, ਸੋ ਤਲਵਾਰ ਨਾਲ ਪਿਛਲੇ ਪਾਸਿਓਂ ਧੌਣ ਵੱਢੀ ਗਈ, ਪਰ ਸਾਹ ਰਗ ਬਚ ਗਈ। ਇੱਕ ਨਾਲ ਗਲ ਵਾਲੀ ਹੱਡੀ ਹੰਸਲੀ ਕੱਟੀ ਗਈ ਅਤੇ ਤੀਜਾ ਵਾਰ ਮੋਢਾ ਚੀਰ ਕੇ ਨਿਕਲ ਗਿਆ। ਵੈਰੀ ਬੱਚੇ ਨੂੰ ਮਰ ਗਿਆ ਜਾਣ ਕੇ ਛੱਡ ਗਏ, ਪਰ ਜਿਸ ਨੂੰ ਵਾਹਿਗੁਰੂ ਰੱਖੇ ਉਹਨੂੰ ਮਾਰੇ ਕੌਣ। ਪਿੰਡ ਕੰਬੋਆਂ ਦੇ ਰਹਿਣ ਵਾਲੀ ਮਾਈ ਮਾਲਣ ਪਿਛਲੇ ਪਹਿਰ ਅੰਮ੍ਰਿਤਸਰੋਂ ਪਰਤ ਰਹੀ ਸੀ। ਰਾਹ ਵਿੱਚ ਉਸਨੇ ਨੱਥੇ ਦੀ ਸ਼ਹੀਦੀ ਦੀ ਵਾਰਤਾ ਸੁਣੀ ਤਾਂ ਉਹਦੇ ਆਖਰੀ ਦਰਸ਼ਨਾਂ ਵਾਸਤੇ ਉਸੇ ਪਾਸੇ ਹੋ ਤੁਰੀ। ਸਰਕਾਰੀ ਫੌਜ ਪਰਤ ਗਈ ਸੀ। ਚੌਧਰੀ ਨੱਥੇ ਅਤੇ ਉਸਦੇ ਸਾਥੀਆਂ ਦੀਆਂ ਲੋਥਾਂ ਮੈਦਾਨ ਵਿੱਚ ਪਈਆਂ ਸਨ। ਬਾਲਕ ਰਾਏ ਸਿੰਘ ਨੱਥੇ ਦੀਆਂ ਲੱਤਾਂ ਨਾਲ ਚਿੰਬੜਿਆ ਹੋਇਆ ਸਹਿਕਦਾ ਪਿਆ ਸੀ। ਮਾਈ ਮਾਲਣ ਬਾਲਕ ਨੂੰ ਉਠਾ ਕੇ ਆਪਣੇ ਘਰ ਲੈ ਗਈ ਅਤੇ ਉੱਥੋਂ ਪਿੰਡ ਰਟਾਲੇ ਉਸਦੀ ਤਾਈ ਦੇ ਹਵਾਲੇ ਕਰ ਦਿੱਤਾ। ਕਈ ਦਿਨ ਸੇਵਾ ਕਰਨ ਉੱਤੇ ਰਾਏ ਸਿੰਘ ਬਚ ਗਿਆ। ਉਸਦਾ ਪੁੱਤਰ ਅੱਗੇ ਭਾਈ ਰਤਨ ਸਿੰਘ ਭੰਗੂ ਹੋਇਆ, ਜਿਸ ਨੇ ਸਿੱਖ ਇਤਿਹਾਸ ਦਾ ਪ੍ਰਸਿੱਧ ਗ੍ਰੰਥ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ। ਇਹ ਸੀ ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਮਹਿਤਾਬ ਸਿੰਘ ਦੀ ਕਹਾਣੀ। ਅੱਗੇ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਯੋਧਿਆਂ ਦੀਆਂ ਕਹਾਣੀਆਂ ਅਤੇ ਸਿੱਖ ਇਤਿਹਾਸ ਬਾਰੇ ਦੱਸਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।